ਰੇਡੀਓ ਚੰਬਰ ਦੇਸੀ ਤੇ ਦੁਨੀਆ ਦੀਆਂ ਖਬਰਾਂ ਲੈ ਕੇ ਗਗਨਦੀਪ ਹਾਜ਼ਰ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਬ੍ਰੈਗਜ਼ਿਟ ਟ੍ਰੇਡ ਡੀਲ ਤੇ ਬ੍ਰਿਟੇਨ ਅਤੇ ਯੂਰਪੀਅਨ ਸੰਘ ਦੇ ਵਿਚਕਾਰ ਬਣੀ ਸਹਿਮਤੀ ਨਾਈਜੀਰੀਆ ਦੇ ਵਿੱਚ ਮਿਲਿਆ ਕੋਰੋਨਾ ਵਾਇਰਸ ਹੈ ਇੱਕ ਹੋਰ ਨਵਾਂ ਸਟ੍ਰੇਨ ਦਾਰਜਲਿੰਗ ਦੇ ਵਿੱਚ ਸੈਲਾਨੀਆਂ ਦੇ ਲਈ 크ਿਸਮਸ ਦਾ ਤੋਹਫ਼ਾ 9 ਮਹੀਨੇ ਬਾਅਦ ਸ਼ੁਰੂ ਹੋਵੇਗੀ ਟੁਆਇਟ ਰੇਲ ਨੇਤਨ ਗੜਕਰੀ ਨੇ ਰਾਜਸਥਾਨ ਦੇ ਵਿੱਚ 18 ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੁਸ਼ਿਆਰਪੁਰ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਪੰਜਾਬ ਚੰਡੀਗੜ੍ਹ ਤੇ ਦਿੱਲੀ ਭਾਜਪਾ ਵਰਦਾਨਾ ਨੂੰ ਭੇਜਿਆ ਕਾਨੂੰਨੀ ਨੋਟੇਸ ਨਵਜੋਤ ਸਿੰਘੂ ਨੇ ਫਸਲ ਬੀਮਾ ਯੋਜਨਾ ਦੇ ਵਿੱਚ ਹੋਏ ਘੁਟਾਲੇ ਦੀਆਂ ਖੋਲੀਆਂ ਪਰਤਾਂ ਹੁਣ ਖਬਰਾਂ ਵਿਸਥਾਰ ਨਾਲ ਬ੍ਰਿਟੇਨ ਨਾਲ ਸੰਬੰਧਿਤ ਲੰਡਨ ਤੋਂ ਆਈ ਇਸ ਖਬਰ ਦੇ ਅਨੁਸਾਰ ਬ੍ਰਿਟੇਨ ਤੇ ਯੂਰਪੀਅਨ ਸੰਘ ਦੇ ਵਿਚਕਾਰ ਬ੍ਰੈਗਜ਼ਿਟ ਟ੍ਰੇਡ ਡੀਲ ਤੇ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਬ੍ਰਿਟੇਨ ਹੁਣ ਯੂਰਪ ਦੇ ਸਿੰਗਲ ਬਾਜ਼ਾਰ ਦਾ ਹਿੱਸਾ ਨਹੀਂ ਰਹੇਗਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਯੂਰਪੀਅਨ ਸੰਘ ਦੇ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਸੀਂ ਆਪਣੇ ਪੈਸੇ ਸਰਹੱਦ ਕਾਨੂੰਨਾ ਵਪਾਰ ਅਤੇ ਮੱਛੀ ਫੜਨ ਦੇ ਜਲ ਖੇਤਰ ਨੂੰ ਵਾਪਸ ਲੈ ਲਿਆ ਹੈ। ਬ੍ਰਿਟਿਸ਼ ਪੀਐਮ ਦੇ ਦਫ਼ਤਰ ਨੇ ਕਿਹਾ ਹੈ ਕਿ ਅਸੀਂ ਪਹਿਲੇ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੀਤੇ ਨੇ ਜੋ ਜ਼ੀਰੋ ਟੈਰਿਫ ਤੇ ਜ਼ੀਰੋ ਕੋਟਾ ਤੇ ਆਧਾਰਿਤ ਹੈ। ਇਹ ਕਦੇ ਵੀ ਈਵੀਯੂ ਨਾਲ ਰਹਿੰਦੇ ਹੋਏ ਹਾਸਲ ਨਹੀਂ ਕੀਤਾ ਜਾ ਸਕਦਾ ਸੀ। ਗੌਰਤਲਵੇ ਕਿ ਬ੍ਰਿਟੇਨ ਦੇ ਯੂਰਪੀਅਨ ਸੰਘ ਤੋਂ ਵੱਖ ਹੋਣ ਦਾ 1 ਸਾਲ ਪੂਰਾ ਹੋਣ ਤੋਂ ਬਾਅਦ ਇੱਕ ਹਫ਼ਤੇ ਪਹਿਲਾਂ ਹੀ ਇਹ ਡੀਲ ਪੂਰੀ ਹੋਈ ਹੈ। ਇਸ ਦੇ ਨਾਲ ਇਹ ਤੈਅ ਹੋ ਗਿਆ ਹੈ ਕਿ ਬ੍ਰਿਟੇਨ ਹੁਣ ਯੂਰਪੀਅਨ ਸੰਘ ਦੇ ਆਰਥਿਕ ਢਾਂਚੇ ਦਾ ਹਿੱਸਾ ਨਹੀਂ ਹੋਵੇਗਾ ਹਾਲਾਂਕਿ ਯੂਰਪੀਅਨ ਸੰਘ ਅਤੇ ਬ੍ਰਿਟੇਨ ਦੇ ਵਿਚਕਾਰ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਰਿਸ਼ਤੇ ਹੋਣਗੇ ਇਹ ਮਾਮਲਾ ਹੁਣ ਵੀ ਅਣਸੁਲਝਿਆ ਹੈ 31 ਦਸੰਬਰ ਨੂੰ ਵਪਾਰ ਸਮਝੌਤਾ ਹੋਣ ਦੀ ਅੰਤਿਮ ਮੌਹਲਤ ਖਤਮ ਹੋ ਰਹੀ ਸੀ ਨਾਈਜੀਰੀਆ ਨਾਲ ਸੰਬੰਧਿਤ ਨੈਰੋਬੀ ਤੋਂ ਆਈ ਇਸ ਖਬਰ ਦੇ ਅਨੁਸਾਰ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੇ ਬਾਅਦ ਹੁਣ ਅਫਰੀਕੀ ਦੇਸ਼ ਨਾਈਜੀਰੀਆ ਦੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਸਟੇਨ ਪਾਇਆ ਗਿਆ ਹੈ ਵੀਰਵਾਰ ਨੂੰ ਅਫਰੀਕਾ ਦੇ ਉੱਚ ਜਨਤਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਵਾਇਰਸ ਦਾ ਇਹ ਨਵਾਂ ਸਟੇਨ ਨਾਈਜੀਰੀਆ ਦੇ ਲੋਕਾਂ ਵਿੱਚ ਪਾਇਆ ਗਿਆ ਹੈ ਇਸ ਸਟੇਨ ਨੂੰ ਲੈ ਕੇ ਵਧੇਰੇ ਜਾਣਕਾਰੀ ਜੁਟਾਉਣ ਦੇ ਲਈ ਵਿਗਿਆਨੀਆਂ ਦੀ ਇੱਕ ਟੀਮ ਜਾਂਚ ਕਰ ਰਹੀ ਹੈ ਬੁੱਧਵਾਰ ਨੂੰ ਹੀ ਬ੍ਰਿਟੇਨ ਦੇ ਵਿੱਚ ਦੱਖਣੀ ਅਫਰੀਕਾ ਤੋਂ ਆਏ ਦੋ ਯਾਤਰੀਆਂ ਦੇ ਵਿੱਚ ਕਰੋਨਾ ਵਾਇਰਸ ਦਾ ਇੱਕ ਨਵਾਂ ਸਟੇਨ ਮਿਲਿਆ ਸੀ ਇਸ ਨਵੇਂ ਸਟੇਨ ਨੂੰ ਬ੍ਰਿਟਿਸ਼ ਸਿਹਤ ਮੰਤਰੀ ਨੇ 17% ਦੀ ਹੋਰ ਖਤਰਨਾਕ ਦੱਸਿਆ ਸੀ अफ्रीका स्टेट फॉर डिजीज कंट्रोल एंड प्रिवेंशन ਦੇ ਮੁਖੀ ਜਾਨ ਨੇ ਕਿਹਾ ਹੈ ਕਿ ਸੰਗ ਨੇ ਨਾਈਜੀਰੀਆ ਦੇ ਇਸ ਨਵੇਂ ਸਟੇਨ ਦੇ ਬਾਰੇ ਵਿੱਚ ਕਿਹਾ ਹੈ ਕਿ ਇਹ ਯੂਕੇ ਅਤੇ ਦੱਖਣੀ ਅਫਰੀਕਾ ਦੇ ਵਿੱਚ ਫੈਲੇ ਨਵੇਂ ਸਟੇਨ ਤੋਂ ਇੱਕ ਵੱਖਰੀ ਕਿਸਮ ਦਾ ਹੈ ਇਸ ਸਟੇਨ ਦੀ ਜਾਂਚ ਨਾਈਜੀਰੀਆ ਸੀਡੀਸੀ ਅਤੇ ਅਫਰੀਕੀ ਸੈਂਟਰ ਆਫ ਐਕਸੀਲੈਂਸ ਫਾਰ ਜੀਨੋਮਿਕਸ ਆਫ ਇਨਫੈਕਸ਼ੀਅਸ ਡਿਜ਼ੀਜ਼ ਦੇ ਵਿਗਿਆਨੀ ਕਰ ਰਹੇ ਨੇ ਉਹਨਾਂ ਨੇ ਵਾਇਰਸ ਦੀ ਇਸ ਕਿਸਮ ਦੀ ਜਾਂਚ ਦੇ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ ਭਾਰਤ ਨਾਲ ਸੰਬੰਧਿਤ ਨਵੀਂ ਦਿੱਲੀ ਤੋਂ ਇਹ ਖਬਰ ਦੇ ਅਨੁਸਾਰ 크ਿਸਮਸ ਅਤੇ ਨਵੇਂ ਸਾਲ ਨੂੰ ਦੇਖਦੇ ਹੋਏ ਨਾਰਥ-ਈਸਟ ਫਰੰਟੀਅਰ ਰੇਲਵੇ ਨੇ ਸਲਾਨੀਆਂ ਨੂੰ ਤੋਹਫਾ ਦਿੱਤਾ ਹੈ। ਸਲਾਨੀਆਂ ਦੇ ਵਿਚਾਲੇ ਖਿੱਚਦਾ ਕੇਂਦਰ ਬਣੇ ਦਾਰਜਲਿੰਗ ਹਿਮਾਲਿਆਨ ਰੇਲ ਦੀ ਟੁਆਇਡਰਨ ਸੇਵਾ 크ਿਸਮਸ ਮੌਕੇ ਤੇ ਦੁਬਾਰਾ ਸ਼ੁਰੂ ਹੋਵੇਗੀ। 25 ਦਸੰਬਰ ਤੋਂ ਦਾਰਜਲਿੰਗ ਟੁਆਇਡ ਰੇਨ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਪੂਰਬੀ ਉੱਤਰੀ ਸਰਹੱਦ ਰੇਲਵੇ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸ਼ੁੱਕਰਵਾਰ ਤੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਦੇ ਤਹਿਤ ਦਾਰਜਲਿੰਗ ਅਤੇ ਕੋਮੋ ਸਟੇਸ਼ਨਾਂ ਦੇ ਵਿਚਾਲੇ ਰੋਜ਼ਾਨਾ 3 ਟ੍ਰੇਨਾਂ ਚਲਾਈਆਂ ਜਾਣਗੀਆਂ ਬੁਲਾਰੇ ਨੇ ਦੱਸਿਆ ਕਿ ਪੱਛਮੀ ਬੰਗਾਲ ਸਰਕਾਰ ਨੇ ਅਜੇ ਦਾਰਜਲਿੰਗ ਅਤੇ ਕੋਮੋ ਦੇ ਵਿਚਾਲੇ ਇਹਨਾਂ ਟ੍ਰੇਨਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਬਾਅਦ ਦੇ ਵਿੱਚ ਯਾਤਰੀਆਂ ਦੀ ਮੰਗ ਦੇ ਆਧਾਰ 'ਤੇ ਸੇਵਾ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਐਨਐਫਆਰ ਦੇ ਅਧਿਕਾਰੀ ਨੇ ਦੱਸਿਆ ਕਿ ਦਾਰਜਲਿੰਗ ਹਿਮਾਲਿਆਨ ਰੇਲ ਦੀ 88 ਕਿਲੋਮੀਟਰ ਦੀ ਪੂਰੀ ਸੇਵਾ ਬਹਾਲ ਕਰਨ ਬਾਰੇ ਸੂਬਾ ਸਰਕਾਰ ਤੋਂ ਜ਼ਰੂਰੀ ਮਨਜ਼ੂਰੀ ਮਿਲਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ ਦਰਜਲنگ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਮਾਰਚ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਟੁਆਇ ਟ੍ਰੇਨ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ 크ਿਸਮਸ ਵਾਲੇ ਦਿਨ ਯਾਨੀ ਕਿ 25 ਦਸੰਬਰ ਤੋਂ ਬੰਦ ਪਈ ਦਰਜਲਿੰਗ ਟੁਆਇ ਟ੍ਰੇਨ ਸੇਵਾ ਫੇਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤ ਨਾਲ ਸੰਬੰਧਿਤ ਨਵੀਂ ਦਿੱਲੀ ਤੋਂ ਆਈ ਇਸ ਖਬਰ ਦੇ ਅਨੁਸਾਰ ਸੜਕਾ ਵਜ੍ਹਾ ਇਹ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਰਾਜਸਥਾਨ ਦੇ ਵਿੱਚ ਵੀਰਵਾਰ ਨੂੰ 18 ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹੇ ਹੁਣ ਰਾਸ਼ਟਰੀ ਮਾਰਗ ਦੇ ਨਾਲ ਜੁੜ ਗਏ ਨੇ। ਗੜਗਰੀ ਨੇ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇਹਨਾਂ ਪ੍ਰੋਜੈਕਟਾਂ ਦਾ ਨਿਪਟਾਰਾ ਕੀਤਾ ਅਤੇ ਉਦਘਾਟਨ ਕਰਦੇ ਹੋਏ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਤੇ 8500 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਅਤੇ ਇਹਨਾਂ ਦੇ ਨਿਰਮਾਣ ਤੋਂ ਬਾਅਦ ਸੂਬਾ 11000 ਕਿਲੋਮੀਟਰ ਰਾਜਮਾਰਗ ਦੇ ਨਾਲ ਜੁੜ ਜਾਵੇਗਾ ਇਸ ਦੇ ਨਾਲ ਹੀ ਸੜਕਾਂ ਦੇ ਨੈਟਵਰਕ ਨੂੰ ਵੀ ਮਜ਼ਬੂਤੀ ਮਿਲੇਗੀ ਅਤੇ ਵਸਤੂਆਂ ਨੂੰ ਢੋਣ ਦੇ ਵਿੱਚ ਸੌਖ ਹੋਵੇਗੀ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਸੂਬਾ ਸੈਰ-ਸਪਾਟਾ ਅਤੇ ਉਦਯੋਗਿਕ ਵਿਕਾਸ ਨੂੰ ਜ਼ੋਰ ਮਿਲੇਗਾ ਤੇ ਰਣਨੀਤਿਕ ਮਹੱਤਵ ਦੇ ਢਾਂਚਾਗਤ ਵਿਕਾਸ ਦੀਆਂ ਯੋਜਨਾਵਾਂ ਦੇ ਨਾਲ ਸਰਹੱਦੀ ਖੇਤਰਾਂ ਦੇ ਵਿੱਚ ਆਵਾਜਾਈ ਬਿਹਤਰ ਹੋਵੇਗੀ। ਇਹਨਾਂ ਪ੍ਰੋਜੈਕਟਾਂ ਦੇ ਨਾਲ ਖੇਤੀ ਉਪਜ ਸਥਾਨਕ ਅਤੇ ਹੋਰ ਉਤਪਾਦਾਂ ਦੀ ਵੱਡੇ ਬਾਜ਼ਾਰਾਂ ਤੱਕ ਪਹੁੰਚ ਦੀ ਸੌਖ ਹੋਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਰਾਜਸਥਾਨ ਨੂੰ ਖੁਸ਼ਹਾਲ ਅਤੇ ਸੰਪੰਨ ਬਣਾਉਣ ਦੇ ਲਈ ਵਚਨਬੱਧ ਹੈ। ਉਹਨਾਂ ਨੇ ਇਸ ਦੌਰਾਨ ਸੂਬੇ ਦੇ ਨਿਰਮਾਣ ਅਧੀਨ ਪ੍ਰੋਜੈਕਟਾਂ ਦੇ ਨਾਲ ਹੀ ਭਵਿੱਖ ਦੇ ਵਿੱਚ ਨਿਯੋਜਿਤ ਪ੍ਰੋਜੈਕਟਾਂ ਦੇ ਵਿੱਚੋਂ 50 ਹਜ਼ਾਰ ਕਰੋੜ ਰੁਪਏ ਦੇ ਕੁਲ 22 ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ ਹੈ ਅਤੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦੇ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਮੁੱਖ ਮੰਤਰੀ ਅਸ਼ੋਕ ਗਹਿਲੌਤ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੀ ਸਿੰਧિયા ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਵੀਕੇ ਸਿੰਘ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਰਜੁਨ ਮੇਘਾਵਤ ਕਲਾਸ਼ ਚੌਧਰੀ ਅਤੇ ਹੋਰ ਦਿੱਗਜ ਨੇਤਾ ਵੀ ਹਾਜ਼ਰ ਸੀ। ਪੰਜਾਬ ਨਾਲ ਸੰਬੰਧਿਤ ਹੁਸ਼ਿਆਰਪੁਰ ਤੋਂ ਆਈ ਹੈ ਇਸ ਖਬਰ ਦੇ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨਡਾਲੂ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਪੰਜਾਬ ਭਾਜਪਾ ਦੇ ਆਗੂਆਂ ਨੇ ਮੈਨੂੰ ਪ੍ਰਗਤੀਸ਼ੀਲ ਕਿਸਾਨ ਦੱਸ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਵਿਵਾਦਗ੍ਰਸਤ ਤਿੰਨੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸ ਕੇ ਮੇਰੀ ਤਸਵੀਰ ਨੂੰ ਬਿਨਾਂ ਮੇਰੀ ਇਜਾਜ਼ਤ ਦੇ ਗਲਤ ਪ੍ਰਯੋਗ ਕੀਤਾ ਹੈ ਅਤੇ ਮੈਨੂੰ ਬਿਨਾਂ ਪੁੱਛੇ ਮੇਰੀ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਪਾ ਕੇ ਭਾਜਪਾ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਚਾਲ ਚੱਲੀ ਹੈ ਉਸ ਕੇ ਲਾਫ ਮੈਂ ਆਪਣੇ ਵਕੀਲਾਂ ਦੇ ਰਾਹੀਂ ਪੰਜਾਬ ਚੰਡੀਗੜ੍ਹ ਤੇ ਦਿੱਲੀ ਭਾਜਪਾ ਪ੍ਰਧਾਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਕਾਨੂੰਨੀ ਨੋਟਿਸ ਦੇ ਵਿੱਚ ਭਾਜਪਾ ਆਗੂਆਂ ਨੂੰ 7 ਦਿਨਾਂ ਦੇ ਅੰਦਰ ਅੰਦਰ ਇਸ ਦੇ ਲਈ ਜਨਤਕ ਤੌਰ ਤੇ ਮੁਆਫੀ ਮੰਗਣ ਦੇ ਲਈ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਭਾਜਪਾ ਮੁਆਫੀ ਨਹੀਂ ਮੰਗੇਗੀ ਤਾਂ ਮੈਂ ਆਪਣੇ ਵਕੀਲ ਦੇ ਨਾਲ ਗੱਲਬਾਤ ਕਰਕੇ ਭਾਜਪਾ ਆਗੂਆਂ ਦੇ ਖਿਲਾਫ ਅਦਾਲਤ ਦੇ ਵਿੱਚ ਅਪਰਾਧਿਕ ਅਤੇ ਮਾਨ ਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ ਜ਼ਿਕਰ ਹੋ ਗਿਆ ਕਿ ਹਾਲ ਹੀ ਦੇ ਵਿੱਚ ਭਾਜਪਾ ਦੀ ਪੰਜਾਬ ਦੀ ਇਕਾਈ ਨੇ ਇੱਕ ਪ੍ਰਗਤੀਸ਼ੀਲ ਕਿਸਾਨ ਦੀ ਫੋਟੋ ਭਾਜਪਾ ਦੇ ਅਧਿਕਾਰਤ ਪੇਜ ਤੇ ਅਤੇ ਟਵਿੱਟਰ ਅਕਾਊਂਟ ਦੇ ਨਾਲ ਹੀ ਹੋਰ ਪ੍ਰਚਾਰ ਦੇ ਮਾਧਿਅਮਾਂ ਦੇ ਵਿੱਚ ਪ੍ਰਕਾਸ਼ਿਤ ਕੀਤੀ ਸੀ ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਈ ਇਸ ਖਬਰ ਦੇ ਅਨੁਸਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਟਵਿੱਟਰ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਪੜਾਸ ਕੱਢੀ ਹੈ ਨਵਜੋਤ ਸਿੱਧੂ ਨੇ ਟਵੀਟ ਕਰਦੇ ਹਨ ਫਸਲ ਬੀਮਾ ਯੋਜਨਾ ਦੇ ਵਿੱਚ ਹੋਏ ਵੱਡੇ ਘੁਟਾਲੇ ਦੀਆਂ ਪਰਤਾਂ ਖੋਲੀਆਂ ਨੇ ਨਵਜੋਤ ਸਿੱਧੂ ਨੇ ਕਿਹਾ ਕਿ ਨਿੱਜੀ بیمਾ ਫਸਲ ਕੰਪਨੀਆਂ ਸਰਕਾਰੀ بیمਾ ਹਸੂਲਤਾਂ ਦੀ ਥਾਂ ਲੈ ਕੇ ਵੱਡੀਆਂ ਗਿਸ਼ਤਾਂ ਵਸੂਲਣ ਦੇ ਬਾਵਯੂਦ ਕਿਸਾਨਾਂ ਦੇ ਨਾਲ ਵੱਡੀ ਧੱਕੇਸ਼ਾਹੀ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਕੰਪਨੀਆਂ ਵੱਡੀਆਂ ਗਿਸ਼ਤਾਂ ਵਸੂਲਣ ਦੇ ਬਾਵਯੂਦ ਫਸਲ ਬਰਬਾਦ ਹੋਣ ਤੇ ਨਾ માત્ર ਮੁਆਵਜ਼ਾ ਦੇ ਕੇ ਕਿਸਾਨਾਂ ਨੂੰ ਅਤੇ ਸਰਕਾਰੀ ਖਜ਼ਾਨੇ ਨੂੰ ਸ਼ਰਿਆਮ ਲੁੱਟ ਰਹੀਆਂ ਨੇ। ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨ ਚੰਗੀ ਤਰ੍ਹਾਂ ਨਾਲ ਜਾਣਦੇ ਕਿ ਕੇਂਦਰ ਸਰਕਾਰ ਦੀ ਸਹਾਇਤੇ ਕਾਰਪੋਰੇਟ ਘਰਾਣੇ ਖੇਤੀ ਖੇਤਰ ਤੇ ਕਬਜ਼ਾ ਕਰਨ ਵੱਲ ਵਧ ਰਹੇ ਨੇ। ਉਹਨਾਂ ਕਿਹਾ ਹੈ ਕਿ ਕਿਸਾਨਾਂ ਦੇ ਲਈ 1.30 ਹਜ਼ਾਰ ਕਰੋੜ ਰੁਪਏ ਦੀ ਬੀਮਾ ਯੋਜਨਾ ਸੀ ਜਿਸ ਦੇ ਵਿੱਚ ਉਹ ਕਿਸਾਨਾਂ ਨੂੰ ਸਿਰਫ 15 ਹਜ਼ਾਰ ਕਰੋੜ ਰੁਪਏ ਹੀ ਮਿਲੇ ਜਦੋਂ ਕਿ 16 ਹਜ਼ਾਰ ਕਰੋੜ ਰੁਪਏ ਪੂੰਜੀਪਤੀਆਂ ਦੀ ਜੇਬ ਵਿੱਚ ਗਿਆ ਏ ਇਸ ਦੇ ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ ਹੁਣ ਦਿਓ ਗਗਨਿਤ ਨੂੰ ਇਜਾਜ਼ਤ ਸੁੰਦਰੋ ਰੇਡੀਓ ਚੰਦ ਪਰਦੇਸੀ